ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਜੋ ਅਕਸਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ, ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਚਿੰਨ੍ਹ ਲਾ ਦਿੱਤੇ ਨੇ। ਦਰਅਸਲ ਅਜਿਹਾ ਲਾਪਰਵਾਹੀ ਭਰਿਆ ਮਾਮਲਾ ਸਾਹਮਣੇ ਆਇਆ ਫਗਵਾੜਾ ਦਾ, ਜਿੱਥੇ ਇੱਕ ਮੁਲਜ਼ਮ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਪੁਲਿਸ ਨੂੰ ਠੰਡ ਵਿੱਚ ਹੀ ਤਰੇਲੀਆਂ ਲਿਆ ਦਿੱਤੀਆਂ। ਦਰਅਸਲ ਮਾਮਲਾ ਸਤਨਾਮਪੁਰਾ ਪੁਲਿਸ ਨਾਲ ਸੰਬੰਧਿਤ ਹੈ, ਜਿੱਥੇ ਇੱਕ ਮੁਲਜ਼ਮ ਪੇਸ਼ੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਹੀ ਧੋਖਾ ਦੇ ਕੇ ਕੰਧ ਟੱਪ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਇਸ ਮੁਲਜ਼ਮ ਨੂੰ ਕੰਧਾਂ ਟੱਪ ਟੱਪ ਕੇ ਭਾਲਦੀ ਰਹੀ, ਪਰ ਕੜੀ ਮੁਸ਼ਕਤ ਤੋਂ ਬਾਅਦ ਪੁਲਿਸ ਇਸ ਮੁਲਜ਼ਮ ਨੂੰ ਮੁੜ ਕਾਬੂ ਕਰਨ ਵਿੱਚ ਕਾਮਯਾਬ ਹੋਈ। ਬੇਸ਼ੱਕ ਪੁਲਿਸ ਨੇ ਇਸ ਮੁਲਜ਼ਮ ਨੂੰ ਕਾਬੂ ਤਾਂ ਕਰ ਲਿਆ, ਪਰ ਇਸ ਨੇ ਇਹ ਜ਼ਰੂਰ ਸਾਬਿਤ ਕਰ ਦਿੱਤਾ ਕਿ ਸੂਬੇ 'ਚ ਅਪਰਾਧ ਕਰਨਾ ਤਾਂ ਆਸਾਨ ਹੈ ਹੀ, ਸਗੋਂ ਨਾਲ ਹੀ ਪੁਲਿਸ ਦੀ ਹਿਰਾਸਤ ਅਤੇ ਜਕੜ ਵੀ ਅਪਰਾਧੀਆਂ ਦਾ ਕੁਝ ਨਹੀਂ ਵਿਗਾੜ ਸਕਦੀ। ਇਸ ਬਾਰੇ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਗੱਲ ਨੂੰ ਗੋਲ ਮੋਲ ਕਰਦੇ ਰਹੇ ਅਤੇ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਮਾਮਲਾ ਸੀ ਜਿਹੜਾ ਬੰਦਾ ਹੈ ਤੁਹਾਡਾ, ਜਿਹੜਾ ਕੈਦੀ ਸੀ ਉਹ ਭੱਜਿਆ ਹੈ? ਭੱਜਿਆ ਨਹੀਂ ਸਰ। ਹਾਂ, ਇਹ ਕਹਿੰਦਾ ਮੈਂ ਬਾਥਰੂਮ ਜਾਣਾ ਸੀ, ਉਹਦੇ ਨੂੰ ਭੁੱਖ ਲੱਗੀ ਹੋਈ ਸੀ ਤੇ ਕਹਿੰਦਾ ਕਿ ਮਤਲਬ ਮੈਂ ਪਿਸ਼ਾਬ ਕਰਨ ਜਾਣਾ ਸੀ। ਕੰਧ ਟੱਪ ਕੇ, ਕੰਧ ਟੱਪ ਕੇ ਗਿਆ ਜੀ ਇਹ? ਤੁਸੀਂ ਝਾੜੀਆਂ ਦੇ ਵਿੱਚੋਂ ਫੜ ਕੇ ਲੈਂਦੇ ਬਾਥਰੂਮ ਗਿਆ ਜਾਂ ਕਿਦਾਂ, ਕਿਸ ਤਰ੍ਹਾਂ, ਕੀ ਕਹਿਣਾ ਤੁਹਾਡਾ? ਰੁਕ ਜਾਓ, ਰੁਕ ਜਾਓ। ਇਹ ਐਸਆਈ ਸਾਹਿਬ, ਸਰ ਦੱਸਿਓ ਜੀ, ਕੰਧ ਟੱਪ ਕੇ ਗਿਆ ਜੀ, ਉਧਰ ਕੰਧ ਟੱਪ ਕੇ ਇਹਨੇ ਬਾਥਰੂਮ ਕਰਨ ਜਾਣਾ ਸੀਗਾ ਜੀ? ਇਹਨੂੰ ਭੁੱਖ ਲੱਗੀ ਸੀ, ਕਹਿੰਦਾ ਇਹਨੂੰ ਭੁੱਖ ਲੱਗੀ ਹੈ, ਰੋਟੀ ਖਾਣੀ ਹੈ। ਨਹੀਂ, ਪਹਿਲਾਂ ਤਾਂ ਇਹ ਬਾਥਰੂਮ ਦਾ ਗਿਆ। ਭੁੱਖ ਮੰਨ ਲੈਂਦੇ ਆ, ਪਰ ਭੁੱਖ ਦਾ ਜਿਹੜਾ ਇਲਾਜ ਹੈ ਉਹ ਹੋਟਲ ਹੈ ਜਾਂ ਢਾਬਾ ਹੈ? ਜਾਂ ਢਾਬਾ ਹੈ, ਜਾਂ ਕੰਟੀਨ ਹੈਗੀ ਆ ਸਰ ਕਚਹਿਰੀ, ਪਰ ਕੰਧ ਟੱਪ ਕੇ ਵਿੱਚ ਰੋਟੀ ਮਿਲੂਗੀ? ਲੇਕਿਨ ਆ ਜਿਹੜਾ ਕੰਧ ਟੱਪ ਕੇ ਜਾ ਕੇ ਕਿੰਨੀ ਜਗ੍ਹਾ ਤੋਂ ਜਾ ਕੇ ਦੋ ਪੁਲਿਸਾਂ ਲੈ ਕੇ ਤੁਹਾਨੂੰ ਦੱਸ ਰਿਹਾ ਹੈ ਕਹਿੰਦਾ ਸੀਆਈਏ ਸਰ। ਸੋ ਸੁਣਿਆ ਤੁਸੀਂ ਕਿਵੇਂ ਜਨਾਬ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਲ ਮਟੋਲ ਕਰਦੇ ਰਹੇ। ਪੁਲਿਸ ਅਧਿਕਾਰੀਆਂ ਦਾ ਇਹ ਆਲਮਟੋਲ ਵੀ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਜ਼ਰੂਰ ਖੜਾ ਕਰ ਰਿਹਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪੁਲਿਸ ਹਿਰਾਸਤ ਵਿੱਚੋਂ ਅਪਰਾਧੀ ਫਰਾਰ ਹੋਏ ਹੋਣ। ਕਿਤੇ ਤਾਂ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਅਤੇ ਕਿਤੇ ਪੁਲਿਸ ਮੁਲਾਜ਼ਮਾਂ ਨੂੰ ਬਾਥਰੂਮਾਂ ਵਿੱਚ ਬੰਦ ਕਰਕੇ ਬਾਹਰੋਂ ਕੁੰਡੀਆਂ ਲਾ ਕੇ ਅਪਰਾਧੀ ਪੁਲਿਸ ਹਿਰਾਸਤ ਵਿੱਚੋਂ ਹੀ ਫਰਾਰ ਹੋ ਜਾਂਦੇ ਨੇ। ਲੋੜ ਹੈ ਪੁਲਿਸ ਨੂੰ ਅਜਿਹੀਆਂ ਖਾਮੀਆਂ ਦੂਰ ਕਰਨ ਦੀ। ਫਗਵਾੜਾ ਤੋਂ ਬੀ.ਡੀ. ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।